ਬੜੀ ਮੰਦਭਾਗੀ ਘਟਨਾ ਜਿਹੜੀ ਹੈ ਅੱਜ ਵਾਪਰੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਅਤੇ ਤਖਾਨ ਮਾਜਰਾ ਦੇ ਅੰਦਰ। ਇੱਕ ਬਹੁਤ ਹੀ ਘਟੀਆ ਅਤੇ ਦਕਿਆਨੁਸੀ ਸੋਚ ਦਾ ਮਾਲਕ ਜਿਹੜਾ ਕਾਰ ਦੇ ਉੱਤੇ ਆਇਆ, ਉਹਨੇ ਪਹਿਲਾਂ ਜੱਲੇ ਪਿੰਡ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਦਾ ਯਤਨ ਕੀਤਾ, ਅੰਗ ਜਿਹੜੇ ਹੈ ਉਹਨਾਂ ਨੂੰ ਜ਼ਖਮੀ ਕੀਤਾ। ਫਿਰ ਉਹ ਤਖਾਨ ਮਾਜਰੇ ਪਿੰਡ ਦੇ ਵਿੱਚ ਜੋ ਗੁਰੂ ਘਰ ਸੀ ਸੜਕ ਦੇ ਉੱਤੇ, ਉੱਥੇ ਗਿਆ। ਉੱਥੇ ਉਸਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਜ਼ਖਮੀ ਕੀਤਾ, ਪਕੜਿਆ ਗਿਆ, ਸੰਗਤ ਵੱਲੋਂ ਉਹਦਾ ਸੋਧਾ ਵੀ ਲਾਇਆ ਗਿਆ। ਔਰ ਬਾਰ ਬਾਰ ਉਹ ਇਹ ਕਹਿ ਰਿਹਾ ਸੀ ਕਿ ਪੁਲਿਸ ਨੂੰ ਜਿਹੜਾ ਹੈ ਉਹ ਬੁਲਾ ਕੇ ਮੈਨੂੰ ਉਹਦੇ ਹਵਾਲੇ ਕੀਤਾ ਜਾਏ। ਮੌਕੇ ਦੇ ਉੱਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਪਹੁੰਚੇ ਨੇ ਅਤੇ ਮੈਨੇਜਰ ਜਿਹੜੇ ਨੇ ਫਤਿਹਗੜ੍ਹ ਸਾਹਿਬ ਦੇ ਉਹ ਵੀ ਪਹੁੰਚੇ ਨੇ। ਫੋਨ ਉੱਤੇ ਜਾਣਕਾਰੀ ਉਹਨਾਂ ਤੋਂ ਪ੍ਰਾਪਤ ਕੀਤੀ ਹੈ ਅਤੇ ਪੁਲਿਸ ਨੇ ਜਿਹੜਾ ਹੈ ਉਸ ਨੂੰ ਹੁਣ ਆਪਣੀ ਕਸਟੱਡੀ ਦੇ ਵਿੱਚ ਲੈ ਲਿਆ। ਇਹ ਬੜੀ ਮੰਦਭਾਗੀ ਘਟਨਾ ਜਿਹੜੀ ਕਿ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਦੋ ਪਿੰਡਾਂ ਦੇ ਵਿੱਚ ਵਾਪਰੀ ਹੈ। ਔਰ ਹੈਰਾਨੀ ਦੀ ਗੱਲ ਹੈ ਕਿ ਜਿਸ ਵੇਲੇ ਬਰਗਾੜੀ ਕਾਂਡ ਹੋਇਆ ਸੀ ਉਸ ਵੇਲੇ ਵੀ ਕਿਸਾਨ ਅੰਦੋਲਨ ਜਿਹੜਾ ਹੈ ਉਹ ਚੱਲ ਰਿਹਾ ਸੀ। ਕਿਸਾਨ ਸੜਕਾਂ ਦੇ ਉੱਤੇ ਅਤੇ ਰੇਲ ਦੀਆਂ ਪਰੜੀਆਂ ਦੇ ਉੱਤੇ ਬੈਠੇ ਸੀ ਅਤੇ ਹੁਣ ਵੀ ਕਿਸਾਨ ਅੰਦੋਲਨ ਜਿਹੜਾ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਬੜੇ ਸਿਖਰਾਂ ਦੇ ਉੱਤੇ ਪਹੁੰਚਿਆ ਹੋਇਆ ਅਤੇ ਇਸ ਕਿਸਮ ਦੀਆਂ ਘਟੀਆਂ ਕਰਤੂਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ, ਸ਼ੱਕ ਹੈ ਕਿ ਇਹ ਕਿਸਾਨ ਅੰਦੋਲਨ ਨੂੰ ਫੇਲ ਕਰਨ ਦਾ ਇੱਕ ਯਤਨ ਵੀ ਜਿਹੜਾ ਹੈ ਕਰਨ ਦੀ ਸਾਜਿਸ਼ ਹੋ ਸਕਦੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਨੱਥ ਪਾਈ ਜਾਵੇ। ਜੇ ਪੰਜਾਬ ਸਰਕਾਰ, ਪੰਜਾਬ ਪੁਲਿਸ ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਿੱਚ ਸਮਰੱਥਾ ਨਹੀਂ ਜਿਤਾਉਂਦੀ ਤਾਂ ਫਿਰ ਇਹੋ ਜਿਹੜਾ ਦੋਸ਼ੀ ਅੱਜ ਫੜਿਆ ਗਿਆ ਇਹਨੂੰ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਗੁਰੂ ਖਾਲਸਾ ਪੰਥ ਜਿਹੜਾ ਹੈ ਉਹ ਆਪ ਸਜ਼ਾਵਾਂ ਦੇਣ ਦੇ ਲਈ ਫਿਰ ਸਮਰੱਥ ਹੈ। ਬੜੀ ਮੰਦਭਾਗੀ ਘਟਨਾ ਜਿਹੜੀ ਹੈ ਇਹ ਵਾਪਰੀ ਹੈ। ਇਹਦੀ ਜਿੰਨੀ ਨਿਖੇਧੀ ਜਾਵੇ ਕੀਤੀ ਜਾਵੇ ਉਨੀ ਜਿਹੜੀ ਹੈ ਉਹ ਥੋੜ੍ਹੀ ਹੈ। ਕਿਤੇ ਨਾ ਕਿਤੇ ਇਹਦੇ ਪਿੱਛੇ ਬਹੁਤ ਵੱਡੀ ਜਿਹੜੀ ਹੈ ਉਹ ਸਾਜਿਸ਼ ਨਜ਼ਰ ਆਉਂਦੀ ਹੈ ਅਤੇ ਇਹ ਵੀ ਸ਼ੰਕਾ ਹੈਗਾ ਕਿ ਹੁਣ ਇੱਕ ਦੋ ਦਿਨਾਂ ਤੱਕ ਇਹਨੂੰ ਜਿਹੜਾ ਪਾਗਲ ਕਰਾਰ ਦੇ ਦਿੱਤਾ ਜਾਊਗਾ, ਇਹਦਾ ਪਰਿਵਾਰ ਆ ਜਾਊਗਾ ਜਾਂ ਕੋਈ ਬੇਸ਼ਰਮ ਜਿਹੇ ਹੋ ਕੇ ਇਹਨਾਂ ਦੇ ਆਂਢੀ ਗੁਆਂਢੀ ਆ ਜਾਣਗੇ ਅਤੇ ਉਹ ਕਹਿਣਗੇ ਕਿ ਇਹਦਾ ਤਾਂ ਦਿਮਾਗ ਜਿਹੜਾ ਹੈ ਜੀ ਉਹ ਕੰਮ ਨਹੀਂ ਕਰਦਾ। ਪੁਲਿਸ ਵੀ ਜਿਹੜੀ ਹੈ ਉਹ ਹੋ ਸਕਦਾ ਕਹੇ ਕਿ ਇਹਦਾ ਦਿਮਾਗ ਨਹੀਂ ਕੰਮ ਕਰਦਾ, ਪਰ ਐਸੀ ਕੋਈ ਗੱਲ ਨਹੀਂ ਹੈ, ਉਹ ਚੰਗਾ ਭਲਾ ਹੈਗਾ। ਇਸ ਕਰਕੇ ਇਹੋ ਜਿਹੇ ਦੋਸ਼ੀ ਨੂੰ ਜਿਹੜਾ ਹੈ ਜੇ ਪੁਲਿਸ ਸਜ਼ਾ ਨਹੀਂ ਦਿੰਦੀ ਤਾਂ ਸੰਗਤ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਸੰਗਤ ਸਜ਼ਾ ਦੇਣ ਲਈ ਸਮਰੱਥ ਹੈ।